ਹਾਲੇਲੂਇਆ ਬਚਨ 'ਚ ਕੀ ਲਿਖਿਆ, ਜੇ ਯਹੋਵਾ ਹੀ ਘਰ ਨਾ ਬਣਾਵੇ ਤਾਂ ਬਣਾਉਣ ਵਾਲੀ ਦੀ ਮਿਹਨਤ ਵਿਅਰਥ ਜਾਂਦੀ ਹੈ। ਇਹ ਵੀ ਕਦੋਂ ਦਾ ਸੋਚਦਾ ਹੋਊਗਾ, ਪਰ ਨਹੀਂ, ਜਦੋਂ ਉਹਦੇ ਵੱਲੋਂ ਸੱਦਾ ਆਇਆ ਤਾਂ ਇਹਦਾ ਬਣ ਜਾਣਾ। ਪਰਮੇਸ਼ੁਰ ਨੇ ਇਹਦੀ ਸੁਣ ਲਈ, ਇਹਨੂੰ 10 ਨਹੀਂ 15 ਮਾਰਲਿਆਂ ਨੇ ਬਲੈਸ ਕੀਤਾ। ਹਾਲੇਲੂਇਆ, ਜਿਨ੍ਹਾਂ ਦੇ ਨਹੀਂ ਘਰ ਬਣੇ ਉਹ ਵੀ ਮੰਗਿਆ ਕਰੋ ਪਰਮੇਸ਼ੁਰ, ਸੱਚਮੁੱਚ ਤੁਹਾਡੇ ਵੀ ਬਣ ਜਾ ਰਹੇ ਆ। ਹਾਲੇਲੂਇਆ, ਹਾਲੇਲੂਇਆ, ਉਹ ਸਭ ਕੁਛ ਹੀ ਕਰ ਸਕਦਾ ਪਰਮੇਸ਼ੁਰ। ਇਹ ਕਹਿੰਦਾ ਜਗ੍ਹਾ ਲੈਣੀ ਔਖੇ ਘਰ ਤਾਂ ਅਸੀਂ ਬਣਾ ਹੀ ਲੈਣਾ, ਸੱਚਮੁੱਚ ਇਹਨਾਂ ਦਾ ਘਰ ਵੀ ਬਣ ਜਾਣਾ। ਹਾਲੇਲੂਇਆ, ਪਰਮੇਸ਼ੁਰ ਅੱਗੇ ਰੱਖਿਆ ਕਰੋ, ਕੋਈ ਵੀ ਗੱਲ ਪਰਮੇਸ਼ੁਰ ਨੂੰ ਦੱਸਿਆ ਕਰੋ, ਉਹ ਪੂਰੀਆਂ ਆਪਣੀਆਂ ਲੋੜਾਂ ਨੂੰ ਕੌਣ ਪੂਰੀਆਂ ਕਰਦਾ ਵੈ? ਪਰਮੇਸ਼ੁਰ ਕਰਦਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਆਪਾਂ ਗਵਾਹੀ ਨੂੰ ਸੁਣਦੇ ਹਾਂ ਇਸ ਭਰਾ ਦੀ। ਇਹ ਭਰਾ ਦਾ ਨਾਮ ਹੈਗਾ ਸ਼ਮਸ਼ੇਰ ਸਿੰਘ, ਇਹ ਪਿੰਡ ਬੋਡਿਆਂ ਤੋਂ ਆਏ ਆ। ਆਪਾਂ ਇਹਨਾਂ ਦੀ ਗਵਾਹੀ ਸੁਣਦੇ ਕਿ ਪਰਮੇਸ਼ੁਰ ਨੇ ਜ਼ਿੰਦਗੀ ਵਿੱਚ ਕੀ ਬਦਲਾਵ ਕੀਤਾ। ਹਾਲੇਲੂਇਆ। ਪਿਆਰੀ ਪਿਆਰੀ ਸਤਸੰਗ ਜੀ, ਯਸ਼ੂ ਮੂਹਰੇ ਅਸੀਂ ਧੰਨਵਾਦ ਕਰਦੇ ਹਾਂ। ਯਸ਼ੂ ਨੇ ਸਾਡਾ ਸਿਨ ਦੇ ਵਿੱਚ ਅਤੇ ਪਲ ਦੇ ਵਿੱਚ ਸਾਡੀ ਜਗ੍ਹਾ ਖਰੀਦ ਕੇ ਦਿੱਤੀ ਸਾਨੂੰ। ਅਸੀਂ ਮਹੀਨਾ ਫਿਰਦੇ ਰਹੇ, ਸਾਨੂੰ ਕਿਸੇ ਨੇ ਰਾਹ ਨਹੀਂ ਦਿੱਤਾ ਸੀ। ਸਾਨੂੰ ਕਿਹਾ ਘਰ ਦੇ ਕਿਹਾ ਕਰਨ ਵੀ ਜਾ ਪਰਮੇਸ਼ੁਰ ਤੋਂ ਦੁਆ ਕਰਾਓ ਅਤੇ ਆਪਾਂ ਨੂੰ ਜਗ੍ਹਾ ਮਿਲ ਜੂਗੀ। ਮੈਂ ਬੇਨਤੀ ਕਰਦਾ ਜੀ, ਮੈਂ ਝੂਠ ਮਾਰ ਦਿੰਦਾ ਸੀ ਘਰੇ, ਮੈਂ ਡਰਦਾ ਮਾਰਾ, ਮੈਂ ਸੰਗਤ 'ਤੇ ਨਹੀਂ ਸੀ ਆਉਂਦਾ ਕਰਕੇ ਮੇਰੇ ਪਰਮੇਸ਼ੁਰ ਨੇ ਕੰਮ ਨਹੀਂ ਕਰਨਾ। ਮੈਂ ਇਹਨਾਂ ਦੇ ਮੂਹਰੇ ਬੇਨਤੀ ਅਤੇ ਮੈਂ ਦੁਆ ਨਹੀਂ ਸੀ ਕਰਾਉਂਦਾ ਅਤੇ ਮੈਂ ਘਰੇ ਜਾ ਕੇ ਝੂਠ ਮਾਰ ਦਿੰਦਾ ਸੀ। ਇੱਕ ਦਿਨ ਮੈਂ ਪਏ ਨੇ ਗੱਲ ਯਾਦ ਕੀਤੀ, ਮੈਂ ਕਿਹਾ ਆਪਾਂ ਨੂੰ ਜਗ੍ਹਾ ਤਾਂ ਨਹੀਂ ਮਿਲਦੀ, ਤੂੰ ਪਰਮੇਸ਼ੁਰ ਦੇ ਮੂਹਰੇ ਨਾ ਪ੍ਰਾਰਥਨਾ ਨਹੀਂ ਕਰਾਉਂਦਾ, ਝੂਠ ਮਾਰਦਾ। ਮੈਂ ਜਦੋਂ ਪ੍ਰਾਰਥਨਾ ਕਰਾਈ ਤਾਂ ਮੈਨੂੰ ਘੰਟੇ ਬਾਅਦ ਹੀ ਮੈਨੂੰ ਫੋਨ ਆ ਗਿਆ ਅਤੇ ਤੁਸੀਂ ਆਪਦੀ ਜਗ੍ਹਾ ਲੈ ਲਓ, ਅਸੀਂ ਤੁਹਾਨੂੰ ਜਗ੍ਹਾ ਦੇਣ ਨੂੰ ਤਿਆਰ ਹਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਗ੍ਹਾ ਜੀ ਅਸੀਂ 10 ਮਰਲੇ ਲੈਂਦੇ ਸੀਗੇ ਪਿਆਰੀ ਸਤਸੰਗ ਜੀ, ਅਤੇ 5 ਮਰਲੇ ਸਾਨੂੰ ਉਹਨਾਂ ਨੇ ਧੱਕੇ ਨਹੀਂ ਦਿੱਤੇ। ਕਹਿੰਦੇ ਹਾਂ 15 ਮਰਲੇ ਲਏ ਸਾਨੂੰ, ਕਹਿੰਦੇ ਵੀ ਹੋ ਹਾਲੇਲੂਇਆ। ਕਿਉਂਕਿ ਜਦੋਂ ਆਪਾਂ ਮਹਾਸਾਮਰ ਦੇ ਹੇਠਾਂ ਆ ਜਾਂਦੇ, ਪਰਮੇਸ਼ੁਰ ਆਪਣੇ ਆਪ ਹੀ ਆਪਣੇ ਵੱਡੇ ਵੱਡੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਆ। ਹਾਲੇਲੂਇਆ। ਉਸ ਭਰਾ ਨੇ 10 ਮਰਲੇ ਕਿਹਾ ਸੀ, ਪਰਮੇਸ਼ੁਰ ਨੇ ਉਹਨਾਂ ਨੂੰ 5 ਮਰਲੇ ਹੋਰ ਦਿੱਤੀ ਆ, ਕਿਉਂਕਿ ਇਹ ਚਾਹੁੰਦੇ ਸੀ, ਇਹ ਆਉਂਦੇ ਨਹੀਂ ਸੀ ਬੰਦਗੀ ਦੇ ਵਿੱਚ, ਕਰਦੇ ਇਹਨਾਂ ਨੂੰ ਤੋਰ ਦਿੰਦੇ ਸੀਗੇ ਵੀ ਤੁਸੀਂ ਸੰਗਤੀ ਦੇ ਵਿੱਚ ਜਾ, ਪਰ ਇਹ ਆਉਂਦੇ ਨਹੀਂ ਸੀ ਸੰਗਤੀ ਦੇ ਵਿੱਚ। ਪਰਮੇਸ਼ੁਰ ਨੇ ਇਹਨਾਂ ਦੇ ਮਨ ਦੇ ਵਿੱਚ ਆਟੋਮੈਟਿਕ ਹੀ ਪਾਇਆ ਕਿ ਆਪਣੇ ਜਾ ਪ੍ਰਾਰਥਨਾ ਕਰਵਾ, ਬੰਦਗੀ ਦੇ ਵਿੱਚ ਜਾ, ਪਰਮੇਸ਼ੁਰ ਤੇਰਾ ਬਹੁਤ ਜਲਦ ਤੈਨੂੰ ਤੇਰੀ ਪ੍ਰਾਰਥਨਾਵਾਂ ਨੂੰ ਸੁਣਨ ਜਾ ਰਿਹਾ ਵਾ। ਹਾਲੇਲੂਇਆ। ਉਸੇ ਤਰ੍ਹਾਂ ਹੀ ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣੂਗਾ। ਹਾਲੇਲੂਇਆ। ਜਦੋਂ ਤੁਸੀਂ ਇੱਕ ਮਨ ਹੋ ਕੇ ਰਹਿੰਦੇ ਹੋ ਨਾ, ਸੱਚਮੁੱਚ ਪਰਮੇਸ਼ੁਰ ਤੁਹਾਡੀ ਜ਼ਰੂਰ ਪ੍ਰਾਰਥਨਾਵਾਂ ਨੂੰ ਸੁਣਦਾ ਆ। ਹਾਲੇਲੂਇਆ। ਜਦੋਂ ਇੱਕ ਹੀ ਮਹਾਸਾਮਰ ਦੇ ਹੇਠਾਂ ਰਹਿੰਦੇ ਹਾਂ ਨਾ, ਉਦੋਂ ਆਪਾਂ ਨੂੰ ਵੱਡੀਆਂ ਵੱਡੀਆਂ ਬਲੈਸਿੰਗਾਂ ਮਿਲਦੀਆਂ ਨੇ। ਹਾਲੇਲੂਇਆ, ਹਾਲੇਲੂਇਆ। ਹੁਣ ਇਸ ਭਰਾ ਨੂੰ ਕਿੰਨੀ ਖੁਸ਼ੀ ਹੋਣੀ ਆ। ਹਾਲੇਲੂਇਆ। ਇਸ ਭਰਾ ਨੂੰ ਕਿੰਨੀ ਖੁਸ਼ੀ ਹੋਣੀ ਹੈ, ਜਾ ਕੇ ਸਾਰਿਆਂ ਨੂੰ ਦੱਸੂਗਾ। ਹਾਲੇਲੂਇਆ। ਇਹ ਇਕੱਲੇ ਇਕੱਲੇ ਨੂੰ ਜਾ ਕੇ ਦੱਸੂਗਾ ਕਿ ਹਾਂ, ਪਰਮੇਸ਼ੁਰ ਮੇਰਾ ਵੱਡੇ ਵੱਡੇ ਕੰਮ ਕਰਦਾ ਆ। ਹਾਲੇਲੂਇਆ।
ਹਾਲੇਲੂਇਆ ਹਾਲੇਲੂਇਆ ਬਚਨ ਚ ਕੀ ਲਿਖਿਆ ਜੇ ਯਹੋਵਾ ਹੀ ਘਰ ਨਾ ਬਣਾਵੇ ਤੇ ਬਣਾਉਣ ਵਾਲੀ ਦੀ ਮਿਹਨਤ ਵਿਅਰਥ ਜਾਂਦੀ ਹੈ। ਇਹ ਵੀ ਕਦੋਂ ਦਾ ਸੋਚਦਾ ਹੋਊਗਾ, ਪਰ ਨਹੀਂ, ਜਦੋਂ ਉਹਦੇ ਵੱਲੋਂ ਸੱਦਾ ਆਇਆ ਤੇ ਇਹਦਾ ਬਣ ਜਾਣਾ। ਸੰਤਾਂ ਨੇ ਕਿਹਾ ਸੀ ਜਿਹਦੇ 'ਚ ਨਹੀਂ ਘਰ ਬਣੇ 24-24 'ਚ ਉਹਨਾਂ ਦੇ ਘਰ ਬਣ ਜਾਣਗੇ, ਤੇ ਸ਼ਾਇਦ ਇਸਦਾ ਇਸੇ ਸਾਲ 'ਚ ਘਰ ਵੀ ਬਣ ਜੂ। ਹਾਲੇਲੂਇਆ, ਬਹੁਤ ਵੱਡੀਆਂ ਪਰਮੇਸ਼ਰ ਗਵਾਈਆਂ ਬਣਾਉਂਦਾ। ਮਿਲ ਵੀ ਇਹਨੂੰ ਸਸਤੇ ਭਾਈ ਗਿਆ, ਹਾਲੇਲੂਇਆ ਉੱਧਰ ਤੋਂ। ਪਰ ਮੈਂ ਕਿਹਾ ਤੈਨੂੰ ਕੋਈ ਨਹੀਂ, ਪਰਮੇਸ਼ਰ ਨੂੰ ਉਹਦੇ ਵੱਲੋਂ ਆਪਾਂ ਉਹਦੇ ਅੱਗੇ 'ਚ ਰੱਖ, ਸੱਚਮੁੱਚ ਪਰਮੇਸ਼ਰ ਆਪਣੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਵੈ। ਹਾਲੇਲੂਇਆ, ਇਹਨੇ ਵਿਸ਼ਵਾਸ ਨਾਲ ਪੂਰੇ ਮਨ ਦੇ ਨਾਲ ਕਰਾਈ, ਡਰਦੇ ਨਹੀਂ ਕਰਾਈ ਵੀ ਪਤਾ ਨਹੀਂ ਮੈਨੂੰ ਕੁਛ ਬੋਲਣਗੇ ਵੀ ਮੈਂ ਆਉਂਦਾ ਨਹੀਂ ਗਾ, ਪਰ ਨਹੀਂ ਆਪਾਂ ਤਾਂ ਪ੍ਰਾਰਥਨਾ ਕਰਨੀ ਆਪਾਂ ਡਿਊਟੀ ਲੱਗੀ ਹੈ। ਹਾਲੇਲੂਇਆ, ਦਿਨੇ ਕਰਾਓ ਰਾਤ ਨੂੰ ਕਰਾਓ ਜਦੋਂ ਵੀ ਮਰਜ਼ੀ ਕਰੋ, ਅਸੀਂ ਹਾਜ਼ਰ ਹਾਂ, ਅਸੀਂ ਸਾਨੂੰ ਸੇਵਾ ਲਾਈ ਹੈ ਪਰਮੇਸ਼ਰ ਨੇ। ਹਾਲੇਲੂਇਆ, ਪਰਮੇਸ਼ਰ ਨੇ ਇਹਦੀ ਸੁਣ ਲਈ, ਇਹਨੂੰ 10 ਨਹੀਂ 15 ਮਾਰਲਿਆਂ ਨਾਲ ਬਲੈਸ ਕੀਤਾ। ਹਾਲੇਲੂਇਆ, ਜਿਨ੍ਹਾਂ ਦੇ ਨਹੀਂ ਘਰ ਬਣੇ ਉਹ ਵੀ ਮੰਗਿਆ ਕਰੋ, ਪਰਮੇਸ਼ਰ ਸੱਚਮੁੱਚ ਤੁਹਾਡੇ ਵੀ ਬਣ ਜਾ ਰਹੇ ਆ। ਹਾਲੇਲੂਇਆ, ਹਾਲੇਲੂਇਆ, ਉਹ ਸਭ ਕੁਛ ਹੀ ਕਰ ਸਕਦਾ ਪਰਮੇਸ਼ਰ। ਇਹ ਕਹਿੰਦਾ ਜਗ੍ਹਾ ਲੈਣੀ ਔਖੇ, ਘਰ ਤਾਂ ਅਸੀਂ ਬਣਾ ਹੀ ਲੈਣਾ, ਸੱਚਮੁੱਚ ਇਹਨਾਂ ਦਾ ਘਰ ਵੀ ਬਣ ਜਾਣਾ। ਹਾਲੇਲੂਇਆ, ਪਰਮੇਸ਼ਰ ਅੱਗੇ ਰੱਖਿਆ ਕਰੋ, ਕੋਈ ਵੀ ਗੱਲ ਪਰਮੇਸ਼ਰ ਨੂੰ ਦੱਸਿਆ ਕਰੋ, ਉਹ ਪੂਰੀਆਂ ਆਪਣੀਆਂ ਲੋੜਾਂ ਨੂੰ ਕੌਣ ਪੂਰੀਆਂ ਕਰਦਾ ਵੈ? ਪਰਮੇਸ਼ਰ ਕਰਦਾ। ਹਾਲੇਲੂਇਆ, ਤੁਹਾਡੀਆਂ ਵੀ ਜੀਵਨ 'ਚ ਵੱਡੀਆਂ ਵੱਡੀਆਂ ਪਰਮੇਸ਼ਰ ਗਵਾਹੀਆਂ ਬਣਾਵੇ। ਹਾਲੇਲੂਇਆ।